ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਟਰੈਕਟਰ ਬਾਜ਼ਾਰ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਪਣੀ ਹਰੇਕ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਵੇ ਅਤੇ ਜੁੜੇ ਰਹੋ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ ਹੋਰ ਨਵੀਆਂ ਵੀਡੀਓ ਦੇਖੋ ਹਾਂਜੀ ਵੀਰੋ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਜੋ ਤੁਹਾਡੀ ਸਹਾਇਤਾ ਵਾਸਤੇ ਹੈ ਉਹ 7866199625 ਤੁਹਾਡੇ ਕੋਲ ਕੋਈ ਵੀ ਖੇਤੀਬਾੜੀ ਵਾਲਾ ਸੰਦ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਵਸਤੂ ਕਾਰਜੀ ਗੱਡੀ ਸੇਲ ਵਾਸਤੇ ਹੈ ਉਸਦੀ ਐਡ ਆਪਣੇ ਚੱਲਣ ਡਾਇਰੈਕਟਰਜ਼ ਆਰ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਹਰੀਕ ਸਾਧਿਆ ਵੀਰੋਂ 5 ਤੋਂ 6 ਫੋਟ ਬਾ 5 ਤੋਂ 6 ਫੋਟ ਮਾ ਅਤੇ ਬਾਕੀ ਬਣਦੀ ਜਾਣਕਾਰੀ ਏਰੀਆ ਰੇਟ ਮੋਬਾਈਲ ਨੰਬਰ ਟਾਇਰਾਂ ਦੀ ਕੰਡੀਸ਼ਨ ਮਾਡਲ ਇਹ ਸਾਰੀ ਜਾਣਕਾਰੀ ਭੇਜ ਕੇ ਬਿਲਕੁਲ ਫ੍ਰੀ ਦੇ ਵਿੱਚ ਐਡ ਆਪਣੇ ਚੈਨਲ ਟਰੈਕਟਰਜ਼ ਆਰ ਦੇ ਉੱਪਰ ਕਰਵਾ ਸਕਦੇ ਹੋ ਜੀ ਜੋ ਵੀ ਸਾਧਨ ਐਡ ਵਾਸਤੇ ਭੇਜਣਾ ਉਧਾਰ ਰੇਟ ਸਹੀ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੇ 5 ਤੋਂ 6 ਫੋਟੋਆਂ ਸਾਰੇ ਐਂਗਲਾਂ ਤੋਂ ਇਹ ਚੀਜ਼ਾਂ ਭੇਜਣੀਆਂ ਲਾਜ਼ਮੀ ਨੇ ਇਹ ਚੀਜ਼ਾਂ ਭੇਜ ਕੇ ਬਿਲਕੁਲ ਫ੍ਰੀ ਦੇ ਵਿੱਚ ਆਪਣੀ ਐਡ ਟਰੈਕਟਰ ਯਾ ਚਲਦੇ ਕਰਾ ਸਕਦੇ ਹੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਫੋਰਡ 3600 ਟਰੈਕਟਰ ਸੇਲ ਵਾਸਤੇ ਹੈ 1993 ਮਾਡਲ 1993 ਮਾਡਲ ਟਰੈਕਟਰ ਹੈ ਵੀਰੋ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਫੋਟੋਆਂ ਸਕਰੀਨ ਦੇ ਸ਼ੋਰੇ ਨੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ 1993 ਮਾਡਲ ਹੈ オリジナル ਟਰੈਕਟਰ ਹੈ ਸਾਫ਼ ਕੰਡੀਸ਼ਨ ਦੇ ਵਿੱਚ ਹੈ ਪੰਜਾਬ ਨੰਬਰ ਹੈ ਟਰੈਕਟਰ ਪੇਪਰ ਕੰਪਲੀਟ ਮਿਲ ਜਾਣਗੇ ਮੌਕੇ ਤੇ ਪੰਜਾਬ ਨੰਬਰ ਟਰੈਕਟਰ ਹੈ ਜੀ ਟਾਇਰ ਟਰੈਕਟਰ ਦੇ 65% ਨੇ 65% ਟਾਇਰ ਨੇ ਚਾਰੋਂ ਟਾਇਰ ਸੇਵ ਕੰਡੀਸ਼ਨ ਦੇ ਵਿੱਚ ਨੇ ਫਸਟ ਆਰਡਰ ਹੈ ਪਹਿਲੇ ਵੀਰਾਂ ਦੇ ਨਾਮ ਹੈ ਟਰੈਕਟਰ ਕੰਡੀਸ਼ਨ ਵਗੈਰਾ ਸਾਰੀ ਸਾਫ ਹੈ ਮੌਕੇ ਤੇ ਖਰੀਦਦਾਰ ਸਵੇ ਟਰੈਕਟਰ ਨੂੰ ਚਲਾ ਕੇ ਚੈੱਕ ਕਰਕੇ ਸੰਤੁਸ਼ਟੀ ਕਰਕੇ ਖਰੀਦ ਸਕਦਾ ਜੋ ਵੀ ਵੀਰ ਖਰੀਦਦਾ ਚਾਹਵਾੜਾ ਹੈ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਵਧੀਆ ਕੰਡੀਸ਼ਨ ਦੇ ਵਿੱਚ ਆਲਦਾ ਏ ਟਰੈਕਟਰ ਪੇਟ ਵਗੈਰਾ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦਾ ਹੈ ਮੇਰੇ ਵੱਲੋਂ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 1,70,000 ਰੁਪਿਆ 1,70,000 ਰੁਪਏ ਬਰਾਬਰ ਦੀ ਡਿਮਾਂਡ ਰੱਖੀ ਗਈ ਹੈ ਜੀ ਫਿਕਸ ਪ੍ਰਾਈਸ ਨਹੀਂ ਹੈਗਾ ਰੇਟ ਵੇਰ ਮੌਕੇ ਤੇ ਘੱਟ ਕਰ ਲੈਣਗੇ ਤੁਸੀਂ ਖਰੀਦਣ ਸਬੰਧੀ ਟਰੈਕਟਰ ਦੇ ਕੋਲੇ ਜਾ ਕੇ ਚਲਾ ਕੇ ਚੈੱਕ ਕਰਕੇ ਸੰਤੁਸ਼ਟੀ ਕਰ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਟਰੈਕਟਰ ਹੈ ਬਰਗਾੜਾ ਦੀ ਕੰਡੀਸ਼ਨ ਦੇਖ ਸਕਦੇ ਹੋ ਬਰਾਬਰ ਦੀ ਡਿਮਾਂਡ 1.70 ਹੈ ਔਰ ਵੀਰਾਂ ਦਾ ਏਰੀਆ ਜੋ ਕੋਟਕਪੂਰਾ ਏਰੀਆ ਵੀਰਾਂ ਦਾ ਕੋਟਕਪੂਰਾ ਏਰੀਏ ਦੇ ਵਿੱਚ ਇਹ ਟਰੈਕਟਰ ਹੈ ਜੋ ਸੇਲ ਵਾਸਤੇ ਹੈ ਮੋਬਾਈਲ ਨੰਬਰ ਵੀਰ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਏਸੇ ਨੰਬਰ ਤੇ ਟਰੈਕਟਰ ਨੂੰ ਖਰੀਦਦਾਰ ਸੰਬੰਧੀ ਗੱਲਬਾਤ ਕਰ ਸਕਦੇ ਹੋ ਹੋਰ ਜਾਣਕਾਰੀ ਲੈਣੀ ਹੋਵੇ ਏਸੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅੱਗੇ ਵੀਰੋ ਗੱਲ ਕਰਦੇ ਆ ਸਵਰਾਜ 963 ਟਰੈਕਟਰ ਸੇਲ ਵਾਸਤੇ ਹੈ ਸਵਰਾਜ 963 FE 4x4 ਟਰੈਕਟਰ ਹੈ ਜੀ 4 ਵੀਲ ਡਰਾਈਵ ਦੇ ਵਿੱਚ ਹੈ 4 व्हील ड्राइव ਹੈ ਸਾਫ ਕੰਡੀਸ਼ਨ ਹੈ 2020 ਮਾਡਲ ਟਰੈਕਟਰ ਹੈ ਜੀ 2020 ਮਾਡਲ ਹੈ ਸਵਰਾਜ 963 ਇੰਜਨ ਵਗੈਰਾ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਦਾ ਕਿਸੇ ਪ੍ਰਕਾਰ ਦਾ ਕੋਈ ਪੇਟ ਨਹੀਂ ਹੋਇਆ ਟਰੈਕਟਰ ਨੂੰ ਸਾਫ ਸੁਥਰਾ ਜੈਨੂਅਲ ਪੇਂਟ ਹੈ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਆਲਦਾ ਹੈ ਟਰੈਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 80% ਟਾਇਰ ਨੇ ਚਾਰੋਂ ਟਾਇਰ ਸੇਮ ਕੰਡੀਸ਼ਨ ਦੇ ਵਿੱਚ ਹੈ ਨਾਲ ਦੇ ਟਾਇਰ ਨੇ ਜੋ ਕੰਪਨੀ ਵੱਲੋਂ ਫਿਟਿੰਗ ਨੇ 800 ਘੰਟਾ ਡਬਲੋ ਟਰੈਕਟਰ ਸਾਰਾ ਟੋਟਲੀ ਚੱਲਿਆ ਹੋਇਆ ਹੈ 800 ਘੰਟਾ ਬਿਲਕੁਲ ਸਾਫ ਸੁਧਰੀ ਕੰਡੀਸ਼ਨ ਚ ਹੈ ਜੈਨੂਇਨ ਟਰੈਕਟਰ ਹੈ ਟੋਟਲੀ ਕੰਪਨੀ ਵੱਲੋਂ ਸੀਲਡ ਟਰੈਕਟਰ ਹੈ ਪਾਵਰ ਸ਼ੇアリング ਹੈ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਟਰੈਕਟਰ ਹੈ ਜੀ ਸਾਈਡ ਗੇਅਰ ਦੇ ਵਿੱਚ ਹੈ ਟਰੈਕਟਰ 3 ਸਪੀਡ ਹੈ ਡਬਲ ਡਿਸਟ੍ਰਿਬਿਊਟਰ ਹੈ ਵਧੀਆ ਕੰਡੀਸ਼ਨ ਚ ਸਾਰਾ ਟੋਟਲੀ ਜੈਨੂਇਨ ਟਰੈਕਟਰ ਹੈ ਅਪੋਲੋ ਕੰਪਨੀ ਦੇ ਫਰੰਟ ਟਾਇਰ ਨੇ ਐਕਸਲ ਦੀ ਕੰਡੀਸ਼ਨ ਦੇਖ ਸਕਦੇ ਹੋ ਮੇਰੇ ਵੱਲੋਂ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 8,50,000 ਰੁਪਿਆ 850000 ਰੁਪਇਆ ਡਿਮਾਂਡ ਹੈ ਬਾਕੀ ਰੇਟ ਫਿਰ ਮੌਕੇ ਤੇ ਐਡਜਸਟ ਕਰ ਲੈਣਗੇ ਮੋਗਾ ਏਰੀਆ ਵਿਰਾਂ ਦਾ ਬਧੇਰੀ ਜਾਣਕਾਰੀ ਲਈ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਹਾਂਜੀ ਜੋ ਵੀਰਾਂ ਨੇ ਆਪਣੇ ਚੈਨਲ ਟ੍ਰੈਕਟਰ ਯਾਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂਕਿ ਬਹੁਤ ਤੋਂ ਬੀਰੇ ਚੈਨਲ ਟ੍ਰੈਕਟਰ ਯਾਰ ਦਾ ਜੁੜ ਸਕਾ ਨਵੇਂ ਚੇ ਤੁਹਾਡੇ ਲਈਆਂ ਲੈ ਕੇ ਆ ਸਕੀਏ ਕੋਈ ਵੀਰ ਇਹ ਸਾਧਨ ਖਰੀਦਣਾ ਚਾਹੁੰਦਾ ਐਡ ਦੇ ਏਰੀਆ ਸਾਰੀ ਦਿਰਾ ਜਾਣਕਾਰੀ ਪ੍ਰਾਪਤ ਕਰਕੇ ਖਰੀਦ ਸਕੇ ਇਸ ਕਰਕੇ ਚੈਨਲ ਦੇ ਨਾਲ ਜੁੜੇ ਨਵੇਂ ਪੁਰਾਣੇ ਸਾਰੀ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰ ਅੱਗੇ ਗੱਲ ਕਰਦੇ ਆ ਜੀ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਟਰੈਕਟਰ ਹੈ ਜੋ ਸੇਲ ਵਾਸਤੇ ਮਾਡਲ ਦੀ ਗੱਲ ਕਰੀਏ 2018 ਮਾਡਲ ਟਰੈਕਟਰ ਹੈ ਜੀ 2018 ਮਾਡਲ ਹੈ ਪੇਟ ਦੀ ਕੰਡੀਸ਼ਨ ਦੇਖ ਸਕਦੇ ਹੋ ਸਾਫ਼ ਸੁਥਰੀ ਵਧੀਆ ਕੰਡੀਸ਼ਨ ਚ ਪੇਟ ਹੈ ਟਾਪ ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ ਪੇਪਰ ਮੌਕੇ ਤੇ ਕੰਪਲੀਟ ਮਿਲ ਜਾਣਗੇ 1300 ਘੰਟੇ ਬਿਰੋ ਟਰੈਕਟਰ ਸਾਰਾ ਚੱਲਿਆ ਹੋਇਆ ਹੈ 1300 ਘੰਟੇ ਚੱਲਿਆ ਹੋਇਆ ਹੈ ਟਾਇਰ ਵਗੈਰਾ ਬੇਦਾਗ ਦੇ ਨਾਲ ਦੇ ਟਾਇਰ ਨੇ 80% ਟਾਇਰ ਨੇ ਜੀ ਨਾਲ ਦੇ ਟਾਇਰ ਕੰਪਨੀ ਵੱਲੋਂ ਆਏ ਜੋ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਵਧੀਆ ਕੰਡੀਸ਼ਨ ਚ ਚੱਲਦਾ ਮੀਟਰ ਵੇਰੇ ਦੀ ਫੋਟੋਸ ਸਕਰੀਨ ਤੇ ਸ਼ੋਰੀਏ ਨੇ ਮੀਟਰ ਵਰਕਿੰਗ ਦੇ ਵਿੱਚ ਹੈ ਹਰ ਇੱਕ ਫੀਚਰ ਵਰਕਿੰਗ ਦੇ ਵਿੱਚ ਹੈ ਸਾਫ ਸੁਥਰੀ ਕੰਡੀਸ਼ਨ ਚ ਹੈ ਜੀ ਟਰੈਕਟਰ ਨੂੰ ਖਰੀਦਦਾਰ ਸਵੇ ਚਲਾ ਕੇ ਟੈਸਟ ਡਰਾਈਵ ਲੈ ਕੇ ਚੈੱਕ ਕਰ ਸਕਦੇ ਹੋ ਮੇਰੇ ਵੱਲੋਂ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 6,95,000 ਰੁਪਇਆ 6,95,000 ਰੁਪਇਆ ਸਿਰਫ ਮੇਰਾ ਦੀ ਡਿਮਾਂਡ ਹੈ ਰੇਟ ਦੇ ਵਿੱਚ ਮੌਕੇ ਤੇ ਐਡਜਸਟਮੈਂਟ ਹੋ ਜਾਏਗੀ ਤੁਸੀਂ ਖਰੀਦਦਾਰ ਸਬੰਧੀ ਮਾਲਕ ਵਿਰਾਂ ਨਾਲ ਗੱਲਬਾਤ ਕਰ ਸਕਦੇ ਹੋ ਵਿਰਾਂ ਦਾ ਏਰੀਆ ਜੋ ਕੋਟਕਪੂਰਾ ਏਰੀਆ ਵਿਰਾਂ ਦਾ ਕੋਟਕਪੂਰਾ ਏਰੀਆ ਦੇ ਵਿੱਚ ਇਹ ਟਰੈਕਟਰ ਵਿਰਾਂ ਕੋਲੇ ਸੇਲ ਵਾਸਤੇ ਹੈ ਜੀ ਵਧੇਰੀ ਜਾਣਕਾਰੀ ਲਈ ਮੋਬਾਈਲ ਨੰਬਰ ਵਿਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਹ ਨੰਬਰ ਤੇ ਗੱਲਬਾਤ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਹੋਰ ਜਾਣਕਾਰੀ ਇਸੇ ਨੰਬਰ ਤੇ ਕੰਟੈਕਟ ਕਰਕੇ ਲੈ ਸਕਦੇ ਹੋ ਅੱਗੇ ਗੱਲ ਕਰਦੇ ਆ ਜੀ ਸੋਨਾਲੀਕਾ 750 DI ਟਰੈਕਟਰ ਸੇਲ ਵਾਸਤੇ ਹੈ ਸੋਰਾ ਲੀਗਾ 750 ਟਰੈਕਟਰ ਹੈ ਫੋਟੋਮਸ ਗ੍ਰੀਨ ਦੇ ਸ਼ੋਰਿਆਂ ਨੇ ਕੰਡੀਸ਼ਨ ਚੈੱਕ ਕਰ ਸਕਦੇ ਹੋ 2016 ਮਾਡਲ ਟਰੈਕਟਰ ਹੈ ਜੀ 2016 ਮਾਡਲ ਕਿਸੇ ਪ੍ਰਕਾਰ ਦੀ ਕੋਈ ਕਮੀ ਬੇਸ਼ੀ ਨਹੀਂ ਟਰੈਕਟਰ ਦੇ ਵਿੱਚ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਵਧੀਆ ਸਾਫ਼ ਸੁਥਰੀ ਕੰਡੀਸ਼ਨ ਪਿਆ ਟਰੈਕਟਰ ਦੇ ਪੇਟ ਵਗੈਰਾ ਦੀ ਕੰਡੀਸ਼ਨ ਸਾਰੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਫਾਈਬਰ ਵਾਲੀ ਛਤਰੀ ਲੱਗੀ ਹੋਈ ਹੈ ਜੀ ਟਰੈਕਟਰ ਨੂੰ ਫਾਈਬਰ ਵਾਲੀ ਛਤਰੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਬਾਕੀ ਵੀ ਬਗਰਾਟ ਵਗੈਰਾ ਸਾਫ਼ ਸੁਥਰੀ ਵਧੀਆ ਕੰਡੀਸ਼ਨ ਦੇ ਵਿੱਚ ਨੇ ਪੇਂਟ ਵਗੈਰਾ ਵੀ ਵਧੀਆ ਸਾਫ਼ ਪਿਆ ਜੀ ਟਰੈਕਟਰ ਨੂੰ ਖਰੀਦਣ ਸਮੇਂ ਦੇ ਮੌਕੇ ਤੇ ਚਲਾ ਕੇ ਚੈੱਕ ਕਰ ਸਕਦਾ ਜੋ ਵੀ ਵੀਰ ਖਰੀਦਦਾ ਚਾਹ ਪਾਣਾ ਹੈ ਬਾਕੀ ਵੀਰਾਂ ਵੱਲੋਂ ਟਰੈਕਟਰ ਦੀ ਜੋ ਡਿਮਾਂਡ ਰੱਖੀ ਗਈ ਹੈ 4 ਲੱਖ ਰੁਪਿਆ ਵੀਰਾਂ ਵੱਲੋਂ ਡਿਮਾਂਡ ਰੱਖੀ ਗਈ ਹੈ ਰੇਟ ਵੀਰ ਮੌਕੇ ਤੇ ਐਡਜਸਟ ਕਰ ਲੈਣਗੇ ਫਿਕਸ ਪ੍ਰਾਈਜ਼ ਵੀਰਾਂ ਦਾ ਨਹੀਂ ਹੈਗਾ ਜੀ 2016 ਮਾਡਲ ਟਰੈਕਟਰ ਹੈ ਮਗਰਿਆਟਾਂ ਦੇ ਉੱਪਰ ਬਲੈਕ ਲੇਬਿਲੀਸ਼ਨ ਹੋਇਆ ਹੈ ਫੇਲਮ ਚੜੀ ਹੋਈ ਹੈ ਜੀ ਮਗਰਾਟਾ ਤੇ ਰੰਗ ਦੀ ਸੇਫਟੀ ਵਾਸਤੇ ਚੜੀ ਹੋਈ ਹੈ ਜੀ ਉਹ ਬਾਕੀ ਸਾਫ ਸੁਥਰੀ ਕੰਡੀਸ਼ਨ ਚ ਹੈ ਹਰਿਆਣਾ ਏਰੀਆ ਵਿਰਾਂ ਦਾ ਕੁਦਰਸ਼ ਖੇਤ ਰੇਰੀ ਦੇ ਵਿੱਚ ਇਹ ਟਰੈਕਟਰ ਸੇਲ ਵਾਸਤੇ ਹੈ ਵਧੀਰੀ ਜਾਣਕਾਰੀ ਲਈ ਮੋਬਾਈਲ ਨੰਬਰ ਵਿਰਾਂ ਦਾ ਸਕਰੀਨ ਤੇ ਸ਼ੋਰ ਹੈ 4 ਲੱਖ ਰੁਪਿਆ ਵਿਰਾਂ ਵੱਲੋਂ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 2016 ਮਾਡਲ ਹੈ ਜੀ ਸੋਨਾਲੀਗਾ 750 ਬਿਲਕੁਲ ਸਾਫ ਸੁਥਰੀ ਕੰਡੀਸ਼ਨ ਚ ਹੈ ਕੋਈ ਪ੍ਰੋਬਲਮ ਵਗੈਰਾ ਨਹੀਂ ਵਧੀਆ ਸੋੜਾ ਟਰੈਕਟਰ ਹੈ ਜੀ ਅੱਗੇ ਵੀਰੋਂ ਗੱਲ ਕਰਦੇ ਆਂ ਟਰਾਲੀ ਹੈ ਜੀ ਸੇਲ ਵਾਸਤੇ ਟਰਾਲੀ ਵੀਰੋਂ 18 ਫੁੱਟ 1.5 18 ਫੁੱਟ ਲੰਬਾਈ ਦੇ ਵਿੱਚ ਹੈ 7 ਫੁੱਟ ਚੜਾਈ ਦੇ ਵਿੱਚ ਹੈ ਬਿਲਕੁਲ ਸਾਫ਼ ਸੁਥਰੀ ਵਧੀਆ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਮਜ਼ਬੂਤ ਹੈਵੀ ਬਣੀ ਹੋਈ ਹੈ ਮਜ਼ਬੂਤ ਹੈਵੀ ਪੂਰਾ ਉੱਚਾ ਵੈੱਡ ਲੱਗਿਆ ਹੋਇਆ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ 45 ਕੁਆਂਟਲ ਵੇਟ ਹੈ ਜੀ ਟਰਾਲੀ ਦੇ ਵਿੱਚ 45 ਕੁਆਂਟਲ ਵੇਟ ਟਰਾਲੀ ਦੇ ਵਿੱਚ 80% ਟਾਇਰ ਨੇ ਚਾਰੋਂ ਟਾਇਰ ਸੇਮ ਕੰਡੀਸ਼ਨ ਦੇ ਵਿੱਚ ਨੇ ਟਰਾਲੀ ਦੇ ਮਜ਼ਬੂਤ ਹੈਵੀ ਟਰਾਲੀ ਬਣੀ ਹੋਈ ਹੈ ਕੈਂਚੀਆਂ ਲੱਗਿਆ ਹੋਈਆਂ ਨੇ ਬਾਕੀ ਰੇਲ ਦਾ ਹਿੱਸਾ ਲੱਗਾ ਹੋਇਆ ਮੱਛੀ ਉੱਕ ਲੱਗੀ ਹੋਈ ਆ ਮਜ਼ਬੂਤ ਹੈਵੀ ਟਰਾਲੀ ਬਣੀ ਹੋਈ ਹੈ ਜੀ ਬੈਡ ਨਜਾਇਜ਼ ਹੀ ਉੱਚਾ ਹੈ ਪੂਰਾ ਉੱਚਾ ਬੈਡ ਲੱਗਿਆ ਹੋਇਆ ਮજબૂત ਹੈਵੀ ਟਰਾਲੀ ਬਣੀ ਹੋਈ ਹੈ ਸਾਫ ਕੰਡੀਸ਼ਨ ਚ ਹੈ ਬਿਲਕੁਲ ਕੈਂਚੇ वगैरह ਸਾਰੀਆਂ ਲੱਗਿਆ ਹੋਈਆਂ ਨੇ 1.58 ਫੁੱਟ ਲੰਬਾਈ ਦੇ ਵਿੱਚ ਹੈ ਟਰਾਲੀ 7 ਫੁੱਟ ਚੜਾਈ ਦੇ ਵਿੱਚ ਹੈ ਬੇੜਾ ਜੈਕ ਤੋਂ ਹੈ ਜੀ ਲਿਫਟ ਪੰਪ ਜੈਕ ਨਹੀਂ ਹੈਗਾ ਬੇੜਾ ਜੈਕ ਤੋਂ ਹੈ 80% ਟਾਇਰਾਂ ਦੀ ਕੰਡੀਸ਼ਨ ਹੈ ਜੋ ਦੱਸੀ ਗਈ ਹੈ ਬਰਾਬਰ ਵੱਲੋਂ ਬਾਕੀ ਮੌਕੇ ਤੇ ਜੋ ਵੀ ਖਰੀਦਦਾ ਚਾਹਵਣਾ ਹੈ ਸੰਤੁਸ਼ਟੀ ਕਰ ਸਕਦਾ ਹੈ ਜੋ ਵੀ ਜਾਣਕਾਰੀ ਲੈਣਾ ਚਾਹੁੰਦਾ ਵੀਰ ਬਿਰਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਹ ਨੰਬਰ ਤੇ ਜਾਣਕਾਰੀ ਪ੍ਰਾਪਤ ਕਰ ਸਕਦਾ ਜੋ ਵੀ ਵੀਰ ਖਰੀਦਦਾ ਚਾਹਵਣਾ ਹੈ ਬਿਰਾਂ ਵੱਲੋਂ ਡਿਮਾਂਡ ਰੱਖੀ ਗਈ ਹੈ 410000 ਰੁਪਿਆ ਬਿਰਾਂ ਦਾ ਏਰੀਆ ਜੀਨ ਹਰਿਆਣਾ ਏਰੀਆ ਵੀਰਾਂ ਦਾ ਹਰਿਆਣ ਦੇ ਜੀਨ ਏਰੀਆ ਵੀਰਾਂ ਦਾ 410000 ਰੁਪਿਆ ਡਿਮਾਂਡ ਹੈ ਜੀ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਹ ਨੰਬਰ ਤੇ ਗੱਲਬਾਤ ਕਰਕੇ ਖਰੀਦ ਸਕਦੇ ਹੋ ਅੱਗੇ ਵੀਰੋ ਗੱਲ ਕਰਦੇ ਆਂ ਪ੍ਰੀਤ ਕੰਪਾਈਨ ਹੈ ਜੀ ਸੇਲ ਵਾਸਤੇ ਇਹ ਵੀਰੋ ਪ੍ਰੀਤ ਕੰਪਾਈਨ 987 ਹੈ ਮਾਡਲ ਦੀ ਆਪਾਂ ਜੇਕਰ ਗੱਲ ਕਰੀਏ ਕੰਪਾਈਨ ਦਾ ਜੋ ਮਾਡਲ ਹੈ 2009 ਮਾਡਲ ਹੈ ਜੀ 2009 ਮਾਡਲ ਹੈ ਵਧੀਆ ਸਾਫ ਸੁੱਥਰੀ ਕੰਡੀਸ਼ਨ ਦੇ ਵਿੱਚ ਮਸ਼ੀਨ ਖੜੀ ਹੈ 02 ਇੰਜਨ ਹੈ ਮਸ਼ੀਨ ਦੇ ਵਿੱਚ 02 ਇੰਜਨ ਹੈ ਟਾਇਰ ਮਸ਼ੀਨ ਦੇ 70% ਨੇ ਸਾਫ ਸੁਥਰੇ ਵਧੀਆ ਬੇਦਾਗ ਟਾਇਰ ਨੇ ਚਾਰੇ ਟਾਇਰ ਸੇਮ ਕੰਡੀਸ਼ਨ ਦੇ ਵਿੱਚ ਨੇ ਬਾਕੀ ਪੇਟ ਵਗੈਰਾ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਮਸ਼ੀਨ ਉਹਦੀ ਸਾਫ ਸੁਥਰਾ ਪੇਟ ਹੈ ਨਵ ਮਾਡਲ ਹੈ 02 ਇੰਜਨ ਦੇ ਨਾਲ ਹੈ 70% ਟਾਇਰਾਂ ਦੇ ਵਿੱਚ ਹੈ ਕੰਡੀਸ਼ਨ ਵਗੈਰਾ ਸਾਫ ਹੈ ਮਸ਼ੀਨ ਦੀ ਵਧੀਆ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਬਿਰਬਲੋ ਮਸ਼ੀਨ ਦੀ ਡਿਮਾਂਡ ਰੱਖੀ ਗਈ ਹੈ 8 ਲੱਖ 50 ਹਜ਼ਾਰ ਰੁਪਿਆ 850000 ਰੁਪਇਆ ਸਿਰਫ ਬਿਰਾਂਦੀ ਡਿਮਾਂਡ ਹੈ ਫਿਕਸ ਪ੍ਰਾਈਸ ਨਹੀਂ ਹੈਗਾ ਰੇਟ ਵੀਰ ਮੌਕੇ ਤੇ ਘੱਟ ਕਰ ਲੈਣਗੇ ਮੇਰਾ ਹੁੰਦਾ ਏਰੀਆ ਜੋ ਸੁਲਤਾਨਪੁਰ ਏਰੀਆ ਵੀਰਾਂ ਦੀ ਜੀ ਸੁਲਤਾਨਪੁਰ ਏਰੀਏ ਦੇ ਵਿੱਚ ਹੈ ਵੀਰੋ ਕੰਪਾਈਨ ਹੈ ਜੋ ਸੇਲ ਵਾਸਤੇ ਹੈ ਮੇਰਾ ਵੱਲੋਂ ਡਿਮਾਂਡ ਦੁਆਰਾ ਦੱਸਦੀ ਏ 850000 ਰੁਪਇਆ ਫਿਕਸ ਰੇਟ ਨਹੀਂ ਹੈਗਾ ਸੁਲਤਾਨਪੁਰ ਏਰੀਆ ਮੋਬਾਈਲ ਨੰਬਰ ਵਿਰਾਂ ਦਾ ਸਕਰੀਨ ਤੇ ਸ਼ੋਰ ਹੈ ਫੋਨ ਨੰਬਰ ਇਹ ਨੰਬਰ ਤੇ ਗੱਲਬਾਤ ਕਰਕੇ ਮਸ਼ੀਨ ਨੂੰ ਖਰੀਦ ਸਕਦੇ ਹੋ ਹੋਰ ਜਾਣਕਾਰੀ ਇਸੇ ਨੰਬਰ ਤੇ ਲੈ ਸਕਦੇ ਹੋ ਅੱਜ ਦੀ ਵੀਡੀਓ ਦਾ ਸਫ਼ਰ ਆਪਣਾ ਇੱਥੋਂ ਤੱਕ ਸੀ ਸਾਰੇ ਹੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਪੂਰਾ ਦੇਖਣ ਲਈ ਮੇਰੇ ਵੀਰਾਂ ਨੇ ਜੋ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਸਾਰੇ ਹੀ ਵੀਰਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੀ ਘੰਟੀ ਦਾ ਬਟਨ ਜਰੂਰ ਦਬਾ ਲਿਓ ਤਾਂ ਕਿ ਆਪੇ ਰੋਜ਼ਾਨਾ ਹੋਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਆਪਣੀ ਇਸ ਤਰ੍ਹਾਂ ਵੀਡੀਓ ਲਗਾਤਾਰ ਇਸ ਤਰ੍ਹਾਂ ਆਉਣਗੀਆਂ ਹੁਣ ਵੀਰ ਅੱਗੇ ਦੇ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਤਾਂਕਿ ਬਾਤੋਬਾਤ ਦੇ ਵਿੱਚ ਜੇ ਤੁਹਾਡੇ ਲਈ ਐਡ ਲੈ ਕੇ ਆ ਸਕੀਏ ਬਾਤੋਬਾਤ ਵੀਰਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਇਸ ਕਰਕੇ ਸ਼ੇਅਰ ਕਰਨਾ ਨਾ ਭੁੱਲਣਾ ਸਬਸਕ੍ਰਾਈਬ ਤੁਹਾਡੀ ਮਰਜ਼ੀਆ ਕਰੋ ਨਾ ਕਰੋ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਵੀਰਾਂ ਦਾ ਧੰਨਵਾਦ ਜੀ ਵੀਡੀਓ ਨੂੰ ਪੂਰਾ ਦੇਖਣ ਲਈ